ਤੁਸੀਂ ਅਨਾਜ ਫਲ ਤੇ ਸਬਜ਼ੀਆਂ ਦੀ ਖੇਤੀ ਤਾਂ ਦੇਖੀ ਹੀ ਹੋਵੇਗੀ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਕੰਮ ਕਰਦੇ ਵੀ ਹੋਣਗੇ ਤੇ ਅਜਿਹਾ ਹੋਣਾ ਇੰਡੀਆ ਦੇ ਵਿੱਚ ਇੱਕ ਆਮ ਗੱਲ ਹੈ ਕਿਉਂਕਿ ਇੰਡੀਆ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਹੈਰਾਨ ਕਰਨ ਵਾਲੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਫਲ ਸਬਜ਼ੀਆਂ ਦੀ ਨਹੀਂ ਬਲਕਿ ਖਤਰਨਾਕ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਇਹ ਚੀਜ਼ ਕਈ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਸਕਦੀ ਹੈ, ਪਰ ਇਹ ਬਿਲਕੁਲ ਸੱਚ ਹੈ। ਇਹ ਲੋਕ ਜਿਹੜੇ ਜ਼ਹਿਰੀਲੇ ਸੱਪਾਂ ਦੀ ਖੇਤੀ ਕਰਦੇ ਨੇ ਉਹ ਕੋਈ ਹੋਰ ਨਹੀਂ ਬਲਕਿ ਚਾਈਨੀਜ਼ ਨੇ। ਇਹ ਹਰ ਸਾਲ ਕਰੋੜਾਂ ਰੁਪਏ ਸੱਪਾਂ ਦੀ ਖੇਤੀ ਕਰਕੇ ਕਮਾਉਂਦੇ ਨੇ ਤੇ ਇਹ ਅਜਿਹਾ ਕਿਉਂ ਕਰਦੇ ਨੇ ਤੇ ਕਿਉਂ ਇਹ ਲੋਕ ਅੱਜ ਸੱਪਾਂ ਦੀ ਖੇਤੀ ਕਰਨ ਲੱਗੇ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਇਸ ਦੇ ਬਾਰੇ ਜਾਣਕਾਰੀ ਦਊਂਗਾ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਚਾਈਨਾ ਦੇ ਜਿਸਕਿਆਓ ਪਿੰਡ ਦੇ ਲੋਕਾਂ ਨੇ ਸੱਪਾਂ ਦੀ ਖੇਤੀ ਕਰਕੇ ਇੰਨਾ ਮੋਟਾ ਪੈਸਾ ਕਮਾਇਆ ਹੈ ਜਿਸ ਦੇ ਬਾਰੇ ਤੁਸੀਂ ਸੋਚ ਤੱਕ ਵੀ ਨਹੀਂ ਸਕਦੇ। ਇਸ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਮੁੱਖ ਕਿੱਤਾ ਹੈ ਸਨੇਕ ਫਾਰਮਿੰਗ, ਯਾਨੀ ਕਿ ਸੱਪਾਂ ਦੀ ਖੇਤੀ, ਜਿਸ ਦੇ ਕਾਰਨ ਪਿੰਡ ਨੂੰ ਪੂਰੀ ਦੁਨੀਆਂ ਦੇ ਵਿੱਚ ਸਨੇਕ ਵਿਲੇਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੂਰੀ ਦੁਨੀਆਂ ਦੇ ਵਿੱਚ ਸੱਪਾਂ ਦੀ ਖੇਤੀ ਦੇ ਲਈ ਮਸ਼ਹੂਰ ਇਸ ਪਿੰਡ ਦੇ ਤੁਹਾਨੂੰ ਹਰ ਇੱਕ ਘਰ ਦੇ ਵਿੱਚ ਸੱਪਾਂ ਦੀ ਖੇਤੀ ਕਰਨ ਵਾਲੇ ਇਨਸਾਨ ਮਿਲ ਜਾਣਗੇ। ਇਹ ਲੋਕ ਆਪਣੇ ਘਰਾਂ ਦੇ ਵਿੱਚ ਭਰ ਭਰ ਕੇ ਸੱਪ ਰੱਖਦੇ ਨੇ। ਇਸ ਪਿੰਡ ਦੇ ਵਿੱਚ 1000 ਲੋਕ ਰਹਿੰਦੇ ਨੇ, ਪਰ ਇਸ ਪਿੰਡ ਦੇ ਵਿੱਚ ਰਹਿਣ ਵਾਲਾ ਹਰ ਇੱਕ ਇਨਸਾਨ ਆਪਣੇ ਕੋਲ ਘੱਟ ਤੋਂ ਘੱਟ 30,000 ਸੱਪ ਤਾਂ ਜ਼ਰੂਰ ਰੱਖਦਾ ਹੈ। ਇੱਥੋਂ ਤੁਸੀਂ ਅੰਦਾਜ਼ਾ ਹੀ ਲਗਾ ਸਕਦੇ ਹੋ ਕਿ ਹਰ ਸਾਲ ਇਸ ਪਿੰਡ ਦੇ ਵਿੱਚ ਕਰੋੜਾਂ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਹੁਣ ਤੁਹਾਡੇ ਮਨ ਦੇ ਅੰਦਰ ਇਹ ਵੀ ਸਵਾਲ ਪੈਦਾ ਹੋਇਆ ਹੋਵੇਗਾ ਕਿ ਜਿਹੜੇ ਇੱਥੇ ਸੱਪ ਰੱਖੇ ਜਾਂਦੇ ਨੇ ਉਹ ਜ਼ਹਿਰੀਲੇ ਨਹੀਂ ਹੁੰਦੇ ਹੁਣ ਜਾਂ ਫਿਰ ਉਹਨਾਂ ਦੇ ਅੰਦਰ ਬਹੁਤ ਘੱਟ ਜ਼ਹਿਰ ਹੁੰਦਾ ਹੋਵੇਗਾ, ਪਰ ਇਹ ਵੀ ਤੁਹਾਡੀ ਗਲਤ ਫਹਿਮੀ ਹੈ। ਇੱਥੇ ਪਾਲੇ ਜਾਣ ਵਾਲੇ ਸੱਪਾਂ ਦੇ ਵਿੱਚ ਇੱਕ ਤੋਂ ਇੱਕ ਵੱਧ ਕੇ ਖਤਰਨਾਕ ਸੱਪ ਮੌਜੂਦ ਨੇ, ਚਾਹੇ ਫਿਰ ਉਹ ਆਪਣੇ ਇੱਕ ਵਾਰ ਦੇ ਜ਼ਹਿਰ ਦੇ ਵਿੱਚ 20 ਲੋਕਾਂ ਨੂੰ ਮਾਰਨ ਵਾਲਾ ਕਿੰਗ ਕੋਬਰਾ ਹੋਵੇ ਜਾਂ ਫਿਰ ਆਪਣੇ ਜ਼ਹਿਰ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਲੋਕਾਂ ਨੂੰ ਪਾਗਲ ਕਰ ਦੇਣ ਵਾਲਾ ਪਾਈਥਨ ਜਾਂ ਵਾਈਪਰ ਸੱਪ ਹੋਵੇ। ਇਹਨਾਂ ਸੱਪਾਂ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਜ਼ਿਆਦਾ ਖਤਰਨਾਕ ਸੱਪ ਪਾਲੇ ਜਾਂਦੇ ਨੇ। ਇਹ ਚੀਜ਼ਾਂ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਪਿੰਡ ਕਿੰਨਾ ਜ਼ਿਆਦਾ ਖਤਰਨਾਕ ਹੈ। ਪਰ ਇਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਜਦੋਂ ਇਸ ਪਿੰਡ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਖਿਡੌਣਿਆਂ ਦੇ ਨਾਲ ਨਹੀਂ ਬਲਕਿ ਇਹਨਾਂ ਸੱਪਾਂ ਦੇ ਨਾਲ ਖੇਲ ਕੇ ਹੀ ਵੱਡਾ ਹੁੰਦਾ ਹੈ, ਕਿਉਂਕਿ ਜ਼ਾਹਰ ਜੀ ਗੱਲ ਹੈ ਜਦੋਂ ਘਰਾਂ ਦੇ ਵਿੱਚ ਲੱਖਾਂ ਦੀ ਸੰਖਿਆ ਦੇ ਵਿੱਚ ਸੱਪ ਹੋਣ ਤਾਂ ਕੋਈ ਬੰਦਾ ਚਾਹ ਕੇ ਵੀ ਇਹਨਾਂ ਤੋਂ ਦੂਰ ਨਹੀਂ ਰਹਿ ਸਕਦਾ। ਚਾਈਨਾ ਦੇ ਇਸ ਪਿੰਡ ਦੇ ਲੋਕ ਸੱਪਾਂ ਨੂੰ ਆਪਣਾ ਦੋਸਤ ਮੰਨਦੇ ਨੇ, ਉਹਨਾਂ ਨੂੰ ਸੱਪਾਂ ਤੋਂ ਬਿਲਕੁਲ ਵੀ ਡਰ ਨਹੀਂ ਲੱਗਦਾ, ਉਹ ਸੱਪਾਂ ਨੂੰ ਹੀ ਆਪਣੇ ਕਰਤਾ ਧਰਤਾ ਮੰਨਦੇ ਨੇ। ਜਿਸ ਤਰ੍ਹਾਂ ਕਿਸਾਨ ਆਪਣੀ ਫਸਲ ਨੂੰ ਆਪਣਾ ਰੱਬ ਸਮਝਦਾ ਹੈ, ਉਸ ਤਰ੍ਹਾਂ ਹੀ ਇੱਥੋਂ ਦੇ ਲੋਕ ਸੱਪਾਂ ਨੂੰ ਆਪਣਾ ਰੱਬ ਸਮਝਦੇ ਨੇ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇੱਥੋਂ ਦੇ ਲੋਕ ਆਖਰ ਕਿਉਂ ਸੱਪਾਂ ਨੂੰ ਐਡੀ ਵੱਡੀ ਸੰਖਿਆ ਦੇ ਵਿੱਚ ਪਾਲ ਕੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਪਿੰਡ ਦੇ ਲੋਕ ਸੱਪਾਂ ਨੂੰ ਇਸ ਕਰਕੇ ਪਾਲਦੇ ਨੇ ਤਾਂ ਕਿ ਉਹ ਸੱਪਾਂ ਦੇ ਮਾਸ ਅਤੇ ਉਹਨਾਂ ਦੇ ਸਰੀਰ ਦੇ ਅੰਗਾਂ ਨੂੰ ਮਾਰਕੀਟ ਦੇ ਵਿੱਚ ਵੇਚ ਸਕਣ। ਸਿਰਫ ਇੰਨਾ ਹੀ ਨਹੀਂ, ਇਹਨਾਂ ਸੱਪਾਂ ਦਾ ਜ਼ਹਿਰ ਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਵਿਕਦਾ ਹੈ। ਜੇਕਰ ਤੁਹਾਨੂੰ ਅੰਦਾਜ਼ਾ ਨਹੀਂ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੱਪ ਦੇ 1 ਲੀਟਰ ਜ਼ਹਿਰ ਦੀ ਕੀਮਤ ਮਾਰਕੀਟ ਦੇ ਵਿੱਚ 1 ਕਰੋੜ ਹੈ। ਜੇਕਰ ਸਭ ਤੋਂ ਖਤਰਨਾਕ ਸੱਪ ਯਾਨੀ ਕਿ ਕਿੰਗ ਕੋਬਰਾ ਦਾ ਜ਼ਹਿਰ ਮਾਰਕੀਟ ਦੇ ਵਿੱਚ ਆਪਾਂ 1 ਲੀਟਰ ਦੇ ਹਿਸਾਬ ਦੇ ਨਾਲ ਵੇਚੀਏ ਤਾਂ ਉਸ ਦੇ ਆਪਾਂ ਨੂੰ ਮਿਲਣਗੇ 3.5 ਕਰੋੜ ਰੁਪਏ, ਯਾਨੀ ਕਿ ਸੋਨੇ ਤੋਂ ਵੀ ਜ਼ਿਆਦਾ ਮਹਿੰਗਾ ਵਿਕਣ ਵਾਲਾ ਇਹ ਜ਼ਹਿਰ ਇਹਨਾਂ ਲੋਕਾਂ ਨੂੰ ਰਾਤੋਂ ਰਾਤ ਮਾਲਾ ਮਾਲ ਕਰ ਦਿੰਦਾ ਹੈ। ਤੁਸੀਂ ਇਹ ਜ਼ਹਿਰ ਨੂੰ ਤਾਂ ਇੱਕ ਸਾਈਡ ਤੇ ਕੱਢ ਦਿਵੋ, ਉਸ ਤੋਂ ਬਿਨਾਂ ਸੱਪਾਂ ਦੇ ਮੀਟ ਦੀ ਪੂਰੀ ਚਾਈਨਾ ਦੇ ਵਿੱਚ ਇੰਨੀ ਜ਼ਿਆਦਾ ਮੰਗ ਹੈ ਕਿ ਇਹ ਲੋਕ ਸੱਪਾਂ ਦਾ ਮੀਟ ਵੇਚ ਕੇ ਹੀ ਮਹੀਨੇ ਦੇ ਲੱਖਾਂ ਰੁਪਏ ਕਮਾ ਲੈਂਦੇ ਨੇ, ਕਿਉਂਕਿ ਚਾਈਨਾ ਦੇ ਲੋਕ ਸੱਪ ਦਾ ਮੀਟ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਜਿਵੇਂ ਇੰਡੀਆ ਦੇ ਵਿੱਚ ਪਨੀਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਉਸ ਦੀਆਂ ਅਲੱਗ ਅਲੱਗ ਵਰਾਇਟੀਆਂ, ਪਨੀਰ ਪਕੌੜਾ, ਪਨੀਰ ਪਾਲਕ, ਅਲੱਗ ਅਲੱਗ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਉਸੇ ਤਰ੍ਹਾਂ ਹੀ ਚਾਈਨਾ ਦੇ ਲੋਕ ਵੀ ਸੱਪਾਂ ਤੋਂ ਬਹੁਤ ਅਲੱਗ ਅਲੱਗ ਤਰ੍ਹਾਂ ਦਾ ਮੀਟ ਤਿਆਰ ਕਰਦੇ ਨੇ, ਇੱਥੋਂ ਤੱਕ ਕਿ ਉਹ ਇਹਨਾਂ ਦਾ ਸੂਪ ਵੀ ਬਣਾ ਕੇ ਪੀਂਦੇ ਨੇ। ਇਸ ਤੋਂ ਬਿਨਾਂ ਚਾਈਨਾ ਦੇ ਲੋਕਾਂ ਦਾ ਮੰਨਣਾ ਹੈ ਕਿ ਸੱਪਾਂ ਦੇ ਅੰਗ ਦਵਾਈ ਬਣਾਉਣ ਦੇ ਲਈ ਵੀ ਬਹੁਤ ਜ਼ਿਆਦਾ ਲਾਹੇਵੰਦ ਹੁੰਦੇ ਨੇ, ਚਾਹੇ ਫਿਰ ਉਹ ਮਰਦਾਨਾ ਤਾਕਤ ਹੋਵੇ ਜਾਂ ਕੈਂਸਰ ਵਰਗੀ ਕੋਈ ਵੀ ਭੈੜੀ ਤੋਂ ਭੈੜੀ ਬਿਮਾਰੀ ਹੋਵੇ, ਇਹਨਾਂ ਦੀਆਂ ਦਵਾਈਆਂ ਦੇ ਨਾਲ ਠੀਕ ਹੋ ਜਾਂਦੀ ਹੈ। ਇਸ ਕਾਰਨ ਹੀ ਇਸ ਪਿੰਡ ਦੇ ਲੋਕ ਵੱਡੀ ਸੰਖਿਆ ਦੇ ਵਿੱਚ ਸੱਪਾਂ ਨੂੰ ਪਾਲਦੇ ਨੇ। ਚਾਈਨਾ ਦੇ ਇਸ ਪਿੰਡ ਦੇ ਵਿੱਚ 100 ਤੋਂ ਜ਼ਿਆਦਾ ਸਨੇਕ ਫਾਰਮ ਨੇ ਤੇ ਇਹਨਾਂ ਫਾਰਮਾਂ ਦੇ ਵਿੱਚ ਲੱਕੜ ਦੇ ਬਾਕਸਿਆਂ ਤੇ ਸ਼ੀਸ਼ਿਆਂ ਦੇ ਅੰਦਰ ਇਹਨਾਂ ਸੱਪਾਂ ਨੂੰ ਰੱਖਿਆ ਜਾਂਦਾ ਹੈ। ਜਦੋਂ ਸੱਪਾਂ ਦੇ ਬੱਚੇ ਆਂਡਿਆਂ ਦੇ ਵਿੱਚੋਂ ਨਿਕਲ ਕੇ ਥੋੜੇ ਵੱਡੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਦੂਜੀ ਜਗ੍ਹਾ ਤੇ ਉੱਤੇ ਸ਼ਿਫਟ ਕਰਨ ਦੇ ਲਈ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਪਾ ਕੇ ਲਿਆਇਆ ਜਾਂਦਾ ਹੈ। ਸੱਪਾਂ ਨੂੰ ਬੁੱਚੜਖਾਨੇ ਲਿਜਾਣ ਤੋਂ ਪਹਿਲਾਂ ਉਹਨਾਂ ਦਾ ਜ਼ਹਿਰ ਕੱਢਿਆ ਜਾਂਦਾ ਹੈ ਤੇ ਫਿਰ ਉੱਥੇ ਜਾ ਕੇ ਉਹਨਾਂ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਸੱਪ ਪੂਰੀ ਤਰ੍ਹਾਂ ਦੇ ਨਾਲ ਮਰ ਜਾਂਦਾ ਹੈ ਤਾਂ ਉਸ ਦੇ ਮੀਟ ਦੇ ਅਲੱਗ ਅਲੱਗ ਟੁਕੜੇ ਕਰਕੇ ਉਸ ਨੂੰ ਅਲੱਗ ਰੱਖ ਦਿੱਤਾ ਜਾਂਦਾ ਹੈ।
ਜਿੱਥੇ ਇਹ ਸੱਪਾਂ ਦੇ ਮੀਟ ਦੀ ਵਰਤੋਂ ਖਾਣਾ ਖਾਣ ਦੇ ਲਈ ਕਰਦੇ ਨੇ, ਉੱਥੇ ਹੀ ਇਹ ਸੱਪਾਂ ਦੀ ਚਮੜੀ ਦੀ ਵਰਤੋਂ ਮਹਿੰਗੇ ਬੈਗ ਅਤੇ ਮਹਿੰਗੀਆਂ ਬੈਲਟਾਂ ਬਣਾਉਣ ਦੇ ਵਿੱਚ ਕਰਦੇ ਨੇ। ਹੁਣ ਇਹ ਸਭ ਕੁਝ ਜਾਣਨ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਚੱਲ ਰਹੀ ਹੋਵੇਗੀ ਕਿ ਇੱਥੋਂ ਦੇ ਲੋਕਾਂ ਨੂੰ ਇਹ ਖਿਆਲ ਕਿਵੇਂ ਆਇਆ ਕਿ ਉਹ ਸਨੇਕ ਫਾਰਮਿੰਗ ਕਰਨ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਪਿੰਡ ਦੇ ਵਿੱਚ ਇੱਕ ਯੋਂਗ ਹੋਂਗ ਚੈਂਗ ਨਾਮ ਦਾ ਕਿਸਾਨ ਰਿਹਾ ਕਰਦਾ ਸੀ ਤੇ ਕਾਫੀ ਸਮਾਂ ਪਹਿਲਾਂ ਇਹ ਕਿਸਾਨ ਬਿਮਾਰ ਹੋ ਜਾਂਦਾ ਹੈ ਤੇ ਇੰਨਾ ਜ਼ਿਆਦਾ ਗਰੀਬ ਹੁੰਦਾ ਹੈ ਕਿ ਇਸ ਦੇ ਕੋਲ ਦਵਾਈਆਂ ਤੱਕ ਖਰੀਦਣ ਦੇ ਪੈਸੇ ਵੀ ਨਹੀਂ ਹੁੰਦੇ। ਇਸ ਤਰ੍ਹਾਂ ਇੱਕ ਦਿਨ ਯੋਂਗ ਨੇ ਆਪਣਾ ਇਲਾਜ ਕਰਨ ਦੇ ਲਈ ਇੱਕ ਜੰਗਲੀ ਸੱਪ ਨੂੰ ਫੜਿਆ ਤੇ ਉਸ ਨੂੰ ਮਾਰ ਕੇ ਇੱਕ ਆਪਣੇ ਲਈ ਦਵਾਈ ਬਣਾਈ ਤੇ ਇਹ ਦਵਾਈ ਖਾਣ ਦੇ ਨਾਲ ਯੋਂਗ ਬਿਲਕੁਲ ਠੀਕ ਠਾਕ ਅਤੇ ਤੰਦਰੁਸਤ ਹੋ ਗਿਆ। ਉਸ ਦਿਨ ਯੋਂਗ ਨੂੰ ਪਤਾ ਲੱਗ ਜਾਂਦਾ ਹੈ ਕਿ ਸੱਪ ਇਕੱਲੇ ਇਨਸਾਨ ਦੀ ਜਾਨ ਹੀ ਨਹੀਂ ਲੈਂਦੇ ਬਲਕਿ ਇਹਨਾਂ ਤੋਂ ਬਣਾਈਆਂ ਗਈਆਂ ਦਵਾਈਆਂ ਦੇ ਨਾਲ ਇਨਸਾਨ ਦੀ ਜਾਨ ਬਚਾਈ ਵੀ ਜਾ ਸਕਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਯੋਂਗ ਨੇ ਸੱਪਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਪਿੰਡ ਦੇ ਵਿੱਚ, ਜਿਸ ਤੋਂ ਯੋਂਗ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਪਿੰਡ ਦੇ ਹੋਰ ਲੋਕਾਂ ਨੇ ਵੀ ਸੱਪਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਹੌਲੀ ਹੌਲੀ ਇਸ ਕੰਮ ਦੇ ਵਿੱਚ ਇੱਥੋਂ ਦੇ ਸਾਰੇ ਲੋਕ ਹੀ ਲੱਗ ਗਏ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਇਸ ਪਿੰਡ ਨੂੰ ਸਨੇਕ ਵਿਲੇਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੈਸੇ ਤਾਂ ਇੱਥੇ ਰਹਿਣ ਵਾਲੇ ਲੋਕ ਕਿਸੇ ਵੀ ਤਰ੍ਹਾਂ ਦੇ ਸੱਪ ਤੋਂ ਨਹੀਂ ਡਰਦੇ, ਪਰ ਉਹ ਇੱਕ ਸੱਪ ਤੋਂ ਬਹੁਤ ਜ਼ਿਆਦਾ ਡਰਦੇ ਨੇ ਜਿਸ ਦਾ ਨਾਮ ਹੈ 5 Step। ਇਹ ਸੱਪ ਤੇ ਇਸ ਦੇ ਨਾਮ ਦੀ ਪਿੱਛੇ ਦੀ ਵਜ੍ਹਾ ਬਹੁਤ ਜ਼ਿਆਦਾ ਡਰਾਵਣੀ ਹੈ। ਇਸ ਦਾ ਮਤਲਬ ਇਹ ਹੈ ਕਿ ਜਿਸ ਨੂੰ ਵੀ ਇਹ ਸੱਪ ਡੱਸ ਦਵੇ ਉਹ ਇਨਸਾਨ 5 ਕਦਮ ਵੀ ਅੱਗੇ ਨਹੀਂ ਚੱਲ ਪਾਉਂਦਾ ਤੇ ਮਰ ਜਾਂਦਾ ਹੈ ਤੇ ਇੰਨੇ ਜ਼ਿਆਦਾ ਤੇਜ਼ ਜ਼ਹਿਰ ਦੀ ਵਜ੍ਹਾ ਦੇ ਕਾਰਨ ਹੀ ਇਸ ਸੱਪ ਦੇ ਜ਼ਹਿਰ ਦੀ ਕੀਮਤ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹੈ। ਇਹਨਾਂ ਸੱਪਾਂ ਨੂੰ ਪਾਲਣ ਦੇ ਲਈ ਇੱਕ ਖਾਸ ਤਰ੍ਹਾਂ ਦੇ ਦਰਖਤਾਂ ਦੀ ਵੀ ਜ਼ਰੂਰਤ ਪੈਂਦੀ ਹੈ ਤੇ ਉਹਨਾਂ ਦਰਖਤਾਂ ਨੂੰ ਵੀ ਇਸ ਪਿੰਡ ਦੇ ਵਿੱਚ ਉਗਾਇਆ ਜਾਂਦਾ ਹੈ ਤੇ ਇਹਨਾਂ ਦਰਖਤਾਂ ਦੇ ਉੱਪਰ ਹੀ ਇਹ ਸੱਪ ਆਪਣੀ ਆਸਾਨੀ ਦੇ ਨਾਲ ਜ਼ਿੰਦਗੀ ਗੁਜ਼ਾਰਦੇ ਨੇ। ਪਰ ਜਦੋਂ ਕੋਰੋਨਾ ਮਹਾਮਾਰੀ ਆਈ ਸੀ ਤਾਂ ਉਸ ਦੇ ਕਾਰਨ ਚਾਈਨਾ ਦੀ ਸਰਕਾਰ ਨੇ ਇਸ ਪਿੰਡ ਦੇ ਉੱਪਰ 6 ਮਹੀਨਿਆਂ ਦੇ ਲਈ ਸਨੇਕ ਫਾਰਮਿੰਗ ਕਰਨ ਤੇ ਬੈਨ ਲਗਾ ਦਿੱਤਾ ਸੀ। ਉਸ ਦੌਰਾਨ ਇੱਥੋਂ ਦੇ ਲੋਕ ਪਾਈ ਪਾਈ ਦੇ ਲਈ ਮੁਹਤਾਜ ਵੀ ਹੋ ਗਏ ਸਨ ਕਿਉਂਕਿ ਇਹਨਾਂ ਲੋਕਾਂ ਨੂੰ ਸੱਪਾਂ ਦੀ ਖੇਤੀ ਤੋਂ ਬਿਨਾਂ ਹੋਰ ਕੁਝ ਕਰਨਾ ਹੀ ਨਹੀਂ ਆਉਂਦਾ ਤੇ ਆਪਣਾ ਢਿੱਡ ਭਰਨ ਲਈ ਇਹ ਲੋਕਾਂ ਨੇ ਉਸ ਸਮੇਂ ਵੀ ਲੋਕ ਛਿਪ ਕੇ ਸੱਪਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਹੁਣ ਕਹਾਣੀ ਬਦਲ ਚੁੱਕੀ ਹੈ ਤੇ ਵਾਪਸ ਚਾਈਨਾ ਦੇ ਵਿੱਚ ਫਿਰ ਤੋਂ ਸਭ ਕੁਝ ਨਾਰਮਲ ਹੋ ਗਿਆ ਹੈ। ਫਿਰ ਤੋਂ ਚਾਈਨਾ ਦੇ ਵਿੱਚ ਮੀਟ ਦੀਆਂ ਦੁਕਾਨਾਂ ਖੁੱਲਣ ਲੱਗੀਆਂ ਨੇ ਤੇ ਲੋਕ ਜੰਮ ਕੇ ਉੱਥੇ ਖਰੀਦਦਾਰੀ ਕਰਦੇ ਨੇ, ਪਰ ਕੋਰੋਨਾ ਤੋਂ ਬਾਅਦ ਚਾਈਨਾ ਦੀ ਸਰਕਾਰ ਕਾਫੀ ਜ਼ਿਆਦਾ ਧਿਆਨ ਦੇ ਨਾਲ ਆਪਣੇ ਕਦਮ ਅੱਗੇ ਨੂੰ ਰੱਖ ਰਹੀ ਹੈ ਕਿਉਂਕਿ ਮਰਨਾ ਕੋਈ ਵੀ ਨਹੀਂ ਚਾਹੁੰਦਾ ਤੇ ਚਾਈਨਾ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੋਰੋਨਾ ਵਰਗੀ ਖਤਰਨਾਕ ਬਿਮਾਰੀ ਵੀ ਉਹਨਾਂ ਦੇ ਦੇਸ਼ ਤੋਂ ਹੀ ਫੈਲੀ ਸੀ ਤੇ ਹੁਣ ਵੀ ਜਦੋਂ ਕੋਰੋਨਾ ਦਾ ਕੋਈ ਨਵਾਂ ਵੇਰੀਐਂਟ ਆਉਂਦਾ ਹੈ ਤਾਂ ਚਾਈਨਾ ਦੀ ਸਰਕਾਰ ਇਸ ਸਨੇਕ ਫਾਰਮਿੰਗ ਦੇ ਉੱਪਰ ਬੈਨ ਲਗਾ ਦਿੰਦੀ ਹੈ ਕੁਝ ਸਮੇਂ ਦੇ ਲਈ ਤੇ ਇਸ ਦੇ ਨਾਲ ਹੀ ਚਾਈਨਾ ਹੌਲੀ ਹੌਲੀ ਆਪਣੇ ਦੇਸ਼ ਦੇ ਜਾਨਵਰਾਂ ਨੂੰ ਲੈ ਕੇ ਵੀ ਥੋੜਾ ਜਿਹਾ ਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ ਕਿਉਂਕਿ ਚਾਈਨਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਇਸ ਸਪੀਡ ਦੇ ਨਾਲ ਹੀ ਉਸਦੇ ਦੇਸ਼ ਦੇ ਲੋਕ ਜਾਨਵਰਾਂ ਨੂੰ ਮਾਰ ਕੇ ਖਾਂਦੇ ਰਹੇ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹੀ ਉਹਨਾਂ ਨੂੰ ਦੂਜੇ ਦੇਸ਼ਾਂ ਤੋਂ ਜਾਨਵਰ ਮੰਗਵਾਉਣੇ ਪੈਣਗੇ ਖਾਣ ਦੇ ਲਈ ਕਿਉਂਕਿ ਚਾਈਨਾ ਦੇ ਵਿੱਚ ਤਾਂ ਮਗਰਮੱਛ ਤੋਂ ਲੈ ਕੇ ਕੁੱਤੇ ਅਤੇ ਬਾਂਦਰ ਹਰ ਇੱਕ ਤਰ੍ਹਾਂ ਦੇ ਜੀਵ ਦਾ ਮੀਟ ਖਾਧਾ ਜਾਂਦਾ ਹੈ। ਚਾਈਨਾ ਦੇ ਲੋਕ ਕਿਸੇ ਵੀ ਜਾਨਵਰ ਨੂੰ ਨਹੀਂ ਛੱਡਦੇ ਤੇ ਜਿਸ ਹਿਸਾਬ ਦੇ ਨਾਲ ਇਹ ਲੋਕ ਮੀਟ ਖਾ ਰਹੇ ਨੇ ਜਾਨਵਰਾਂ ਦਾ, ਇਹ ਬਹੁਤ ਵੱਡੀ ਕੁਦਰਤ ਦੇ ਨਾਲ ਛੇੜਛਾੜ ਹੈ। ਹੁਣ ਉਹ ਜ਼ਮਾਨਾ ਗਿਆ ਜਦੋਂ ਇਨਸਾਨ ਸ਼ਿਕਾਰ ਕਰਕੇ ਆਪਣਾ ਢਿੱਡ ਭਰਦਾ ਸੀ, ਹੁਣ ਸਾਡੇ ਕੋਲ ਕਾਫੀ ਜ਼ਿਆਦਾ ਰਾਸਤੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਬਿਨਾਂ ਜੀਵ ਹੱਤਿਆ ਕਰੀ ਤੋਂ ਵੀ ਆਪਣਾ ਢਿੱਡ ਭਰ ਸਕਦੇ ਹਾਂ। ਪਰ ਇਹ ਗੱਲ ਅੱਜ ਵੀ ਚਾਈਨਾ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਨਹੀਂ ਪਈ ਤੇ ਉਹਨਾਂ ਨੂੰ ਅੱਜ ਵੀ ਜਾਨਵਰਾਂ ਦਾ ਮੀਟ ਖਾ ਕੇ ਹੀ ਚੈਨ ਮਿਲਦਾ ਹੈ, ਫਿਰ ਚਾਹੇ ਉਹ ਕੁੱਤਾ ਬਿੱਲਾ ਕਬੂਤਰ ਕੁਛ ਵੀ ਹੋਵੇ। ਪਰ ਅਜਿਹਾ ਵੀ ਨਹੀਂ ਹੈ ਕਿ ਇਕੱਲੇ ਚਾਈਨਾ ਦੇ ਵਿੱਚ ਹੀ ਜਾਨਵਰਾਂ ਨੂੰ ਮਾਰਿਆ ਤੇ ਉਹਨਾਂ ਦਾ ਮੀਟ ਖਾਧਾ ਜਾਂਦਾ ਹੈ, ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਨਵਰਾਂ ਦਾ ਮੀਟ ਖਾਧਾ ਜਾਂਦਾ ਹੈ, ਪਰ ਉੱਥੇ ਇੱਕ ਲਿਮਿਟ ਦੇ ਵਿੱਚ ਜਾਂ ਕਿਸੇ ਜਾਨਵਰ ਦਾ ਹੀ ਮੀਟ ਖਾਧਾ ਜਾਂਦਾ ਹੈ। ਚਾਈਨਾ ਦੀ ਤਾਂ ਕਹਾਣੀ ਹੀ ਕੁਝ ਅਲੱਗ ਹੈ, ਜੇਕਰ ਚਾਈਨਾ ਨੇ ਟਾਈਮ ਰਹਿੰਦੇ ਇਹ ਊਲ ਜਲੂਲ ਚੀਜ਼ਾਂ ਖਾਣੀਆਂ ਨਹੀਂ ਛੱਡੀਆਂ ਤਾਂ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਭਿਆਨਕ ਕੋਰੋਨਾ ਵਰਗੀਆਂ ਬਿਮਾਰੀਆਂ ਹੋਰ ਫੈਲਣਗੀਆਂ। ਇਹ ਸਾਂਝੀ ਚਾਈਨਾ ਦੀ ਸਨੇਕ ਮਾਰਕੀਟ ਬਾਰੇ ਕੁਝ ਰੌਚਕ ਤਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।